સુખ સાચા સોય સાચા તેરા નામ નિર્પોત નિર્વૈર હૈ મેરે સતગુર સેવા રામજી સતગુર સેવા રામજી સાડે અંગ સંગ હોય સહાય સતગુર સેવા રામજી સાડે અંગ સંગ હોય સહાય તાર્યા જહાન લયા અભિમાન જિની દર્શન પાયા રામ જના કો રામ પરોસા રામ જના કો રામ પરોસા રામ જના મિટ્યો અંદેશા નામ જપત સબ મિટ્યો અંદેશા નામ જપત સબ મિટ્યો અંદેશા નામ જપત સબ મિટ્યો અંદેશા રામ જના રામ જના કો રામ પરોસા રામ જના કો રામ પરોસા રામ જના કો રામ પરોસા
ਦੱਸ ਰਹੇ ਕਿ ਸਾਡਾ ਭਰੋਸਾ ਸਤਿਗੁਰ 'ਤੇ ਕਿਸ ਤਰ੍ਹਾਂ ਬਣੇ। ਜੇ ਭਰੋਸਾ ਕਰਾਂਗੇ ਤਾਂ ਸਾਡਾ ਪਾਰ ਉਤਾਰਾ। ਸਤਿਗੁਰ ਜੀ ਆਪ ਕਹਿੰਦੇ ਨੇ, ਇੱਕ ਸਾਖੀ ਯਾਦ ਆ ਰਹੀ ਹੈ, ਸਾਨੂੰ ਮਾਤਾ ਜੀ ਬਹੁਤ ਕਰਦੇ ਸਨ, ਸ਼ਾਇਦ ਆਪ ਜੀ ਨੂੰ ਵੀ ਯਾਦ ਆ ਜਾਵੇ ਕਿ ਪ੍ਰਤੀਤ ਕੀ ਹੈ, ਭਰੋਸਾ ਕੀ ਹੈ, ਇਸ 'ਤੇ ਸੁਣਾਉਂਦੇ ਸਾਨੂੰ ਸਾਖੀ। ਇੱਕ ਪੰਡਿਤ ਜੀ ਮੰਦਿਰ ਵਿੱਚ ਰੋਜ਼ ਕਥਾ ਕਰਦੇ ਸਨ, ਕਿਉਂਕਿ ਉਹਨਾਂ ਦੀ ਡਿਊਟੀ ਲੱਗੀ ਹੋਈ ਸੀ ਕਥਾ ਕਰਨ ਦੀ। ਮੰਦਿਰ ਦੀ ਸੇਵਾ ਵੀ ਕਰਦੇ ਸਨ, ਮੂਰਤੀ ਪੂਜਨ ਕਰਨਾ, ਕਥਾ ਸੁਣਾਉਣੀ, ਜਿਹੜੇ ਵੀ ਆਉਂਦੇ ਸਨ। ਉੱਥੇ ਇੱਕ ਦੁੱਧ ਵੇਚਣ ਵਾਲੀ ਗੁਜਰੀ ਰੋਜ਼ ਆਉਂਦੀ ਸੀ ਉੱਥੇ ਦੁੱਧ ਵੇਚਣ ਲਈ। ਇੱਕ ਦਿਨ ਜਾ ਰਹੀ ਸੀ ਜਦੋਂ, ਕਿਉਂਕਿ ਜਦੋਂ ਗੱਲ ਮਨ 'ਤੇ ਲੱਗ ਜਾਵੇ, ਇੱਕ ਸਮਾਂ ਹੁੰਦਾ, ਕਥਾ ਤਾਂ ਪੰਡਿਤ ਜੀ ਰੋਜ਼ ਕਰਦੇ ਸਨ, ਲੇਕਿਨ ਅੱਜ ਜਦੋਂ ਕਥਾ ਕਰ ਰਹੇ ਸੀ ਅਤੇ ਪੰਡਿਤ ਜੀ ਕਹਿ ਰਹੇ ਸੀ ਕਿ ਰਾਮ ਦਾ ਨਾਮ ਜਪਣ ਨਾਲ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ, ਗੁਜਰੀ ਉੱਥੇ ਰੁਕ ਗਈ। ਜਦੋਂ ਉਸਨੇ ਸੁਣਿਆ ਪੰਡਿਤ ਜੀ ਕੀ ਕਹਿ ਰਹੇ ਨੇ, ਪੰਡਿਤ ਜੀ ਕਹਿ ਰਹੇ ਨੇ ਰਾਮ ਦਾ ਨਾਮ ਜਪਣ ਨਾਲ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ ਆ। ਗੁਜਰੀ ਦੇ ਮਨ 'ਚ ਇਹ ਗੱਲ ਲੱਗ ਗਈ ਅੱਜ, ਕਿਉਂਕਿ ਸਮਾਂ ਆ ਗਿਆ ਸੀ, ਰੋਜ਼ ਆਉਂਦੀ ਸੀ ਦੁੱਧ ਵੇਚਣ, ਲੇਕਿਨ ਅੱਜ ਜਦੋਂ ਸੁਣਿਆ ਪੰਡਿਤ ਜੀ ਦਾ ਬਚਨ ਤਾਂ ਮਨ 'ਚ ਭਰੋਸਾ ਆ ਗਿਆ ਕਿ ਰਾਮ ਦੇ ਨਾਮ ਜਪਣ ਨਾਲ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ। ਉਸਨੇ ਮਨ 'ਚ ਠਾਣ ਲਈ, ਮਨ 'ਚ ਭਰੋਸਾ ਪੈਦਾ ਹੋ ਗਿਆ, ਪ੍ਰਤੀਤ ਆ ਗਈ ਕਿ ਰਾਮ ਦਾ ਨਾਮ ਕਿਤਨਾ ਉੱਚਾ। ਅੱਜ ਜਦੋਂ ਨਦੀ ਪਾਰ ਕਰਨ, ਕਿਉਂਕਿ ਜਦੋਂ ਉਹ ਦੁੱਧ ਵੇਚਣ ਆਉਂਦੀ ਸੀ, ਨਦੀ ਪਾਰ ਕਰਕੇ ਆਉਂਦੀ ਸੀ, ਬੇੜੀ ਚੱਲਦੀ ਸੀ, ਉੱਥੇ ਬੇੜੀ 'ਚ ਬੈਠ ਕੇ ਉਹਨੇ ਆਉਣਾ ਅਤੇ ਦੁੱਧ ਵੇਚ ਕੇ ਫਿਰ ਉਸ ਤਰਫੋਂ ਹੀ ਉਹਨੇ ਚਲੇ ਜਾਣਾ। ਅੱਜ ਜਦੋਂ ਮਨ 'ਚ ਆਇਆ ਕਿ ਰਾਮ ਦਾ ਨਾਮ ਸੰਸਾਰ ਸਾਗਰ ਤੋਂ ਪਾਰ ਕਰਦਾ ਹੈ, ਅਤੇ ਮਨ 'ਚ ਕੀ ਆ ਗਈ ਕਿ ਇੱਥੇ ਨਦੀ ਹੈ ਜਿੱਥੋਂ ਮੈਂ ਰੋਜ਼ ਆਉਂਦੀ ਹਾਂ, ਕਿਉਂਕਿ ਨਦੀ ਵਿੱਚ ਪੈਂਦੀ ਸੀ, ਉਹਦਾ ਰਸਤਾ ਲੰਬਾ ਪੈਂਦਾ ਸੀ ਆਉਣ ਲਈ, ਅਤੇ ਕਿਉਂ ਨਾ ਮੈਂ ਰਾਮ ਦਾ ਨਾਮ ਲੈ ਕੇ ਇਸ ਨਦੀ ਤੋਂ ਪੈਦਲ ਚੱਲਾਂ, ਐਵੇਂ ਪਾਰ ਹੋ ਜਾਵਾਂ। ਅੱਜ ਉਹ ਮਨ 'ਚ ਭਰੋਸਾ ਕਰਕੇ ਰਾਮ ਰਾਮ ਕਰਦੀ ਹੈ ਅਤੇ ਨਦੀ 'ਚ ਪੈਰ ਰੱਖਦੀ ਹੈ ਪਾਣੀ ਉੱਤੇ ਅਤੇ ਚਲਦੀ ਜਾਂਦੀ ਹੈ। ਅਤੇ ਅੱਜ ਨਦੀ ਉਹ ਪਾਣੀ ਨਹੀਂ ਸੀ, ਅੱਜ ਉਹ ਰਸਤਾ ਬਣ ਗਿਆ ਉਸਦਾ। ਜਦੋਂ ਆਪਣੇ ਘਰ ਚਲੀ ਗਈ, ਹੁਣ ਉਹ ਰੋਜ਼ ਇਸ ਤਰ੍ਹਾਂ ਕਰੇ, ਉਹਨੂੰ ਤਾਂ ਅੱਛਾ ਲੱਗਿਆ ਕਿ ਰਾਮ ਦਾ ਨਾਮ ਜਪਣ ਨਾਲ ਮੈਂ ਨਦੀ ਤੋਂ ਵੀ ਪਾਰ ਹੋ ਗਈ ਹਾਂ ਪੈਦਲ ਚੱਲ ਕੇ। ਦੋ ਤਿੰਨ ਦਿਨ ਹੋਏ ਇਸ ਤਰ੍ਹਾਂ ਹੀ ਉਹਨੇ ਆਉਣਾ ਜਾਣਾ ਸ਼ੁਰੂ ਕਰ ਦਿੱਤਾ। ਅੱਜ ਉਸਦੇ ਮਨ 'ਚ ਆਇਆ ਕਿਉਂ ਨਾ ਉਸ ਪੰਡਿਤ ਜੀ ਦਾ ਧੰਨਵਾਦ ਕਰਾਂ
ਜਿਸਨੇ ਇੱਕ ਰਾਮ ਦਾ ਨਾਮ ਜਪਾ ਕੇ ਅਤੇ ਨਦੀ ਨੂੰ ਵੀ ਸੜਕ ਬਣਾ ਦਿੱਤਾ, ਅੱਜ ਨਦੀ ਨੂੰ ਵੀ ਪਾਰ ਕਰਾ ਦਿੱਤਾ। ਅੱਜ ਜਾ ਕੇ ਪੰਡਿਤ ਜੀ ਆਖਾਂ, ਪੰਡਿਤ ਜੀ ਆਪ ਜੀ ਮੇਰੇ ਘਰ ਚਲੋ ਅਤੇ ਲੰਗਰ ਪਾਣੀ ਅੱਜ ਉੱਥੇ ਛਕੋ। ਅਤੇ ਉਹ ਗੁਜਰੀ ਪੰਡਿਤ ਜੀ, ਅੱਜ ਹਮੇਸ਼ਾ ਦੀ ਤਰ੍ਹਾਂ ਰੋਜ਼ ਦੀ ਤਰ੍ਹਾਂ ਦੁੱਧ ਲੈ ਕੇ ਆਉਂਦੀ ਸੀ ਵੇਚਣ ਲਈ। ਅੱਜ ਵੀ ਜਦੋਂ ਦੁੱਧ ਲੈ ਕੇ ਆਈ ਤਾਂ ਪੰਡਿਤ ਜੀ ਹੱਥ ਜੋੜ ਕੇ ਬੇਨਤੀ ਕੀਤੀ, ਪੰਡਿਤ ਜੀ ਆਪ ਜੀ ਨੇ ਤਾਂ ਮੈਨੂੰ ਬੜੇ ਅੱਛੇ ਰਾਹ ਲਾ ਦਿੱਤਾ, ਰਾਮ ਦੇ ਨਾਮ ਨਾਲ ਜੋੜ ਦਿੱਤਾ ਆਪ ਜੀ ਨੇ ਮੈਨੂੰ, ਮੇਰੇ ਅੰਦਰ ਤਾਂ ਉਹ ਰਾਮ ਹੁਣ ਵੱਸ ਗਿਆ। ਅਤੇ ਮੇਰਾ ਬੜਾ ਮਨ ਕਰਦਾ ਹੈ ਕਿ ਆਪ ਜੀ ਅੱਜ ਲੰਗਰ ਪਾਣੀ ਮੇਰੇ ਘਰ ਛਕੋ। ਪੰਡਿਤ ਜੀ ਖੁਸ਼ ਹੋ ਗਏ, ਪੰਡਿਤ ਜੀ ਕਹਿੰਦੇ ਠੀਕ ਹੈ। ਹੁਣ ਪੰਡਿਤ ਜੀ ਨੂੰ ਜਪਾਉਂਦਿਆਂ ਅਤੇ ਜਪਦਿਆਂ ਬਹੁਤ ਸਮਾਂ ਹੋ ਗਿਆ, ਲੇਕਿਨ ਉਹਨਾਂ ਨੂੰ ਹਜੇ ਤੱਕ ਭਰੋਸਾ ਨਹੀਂ ਸੀ ਰਾਮ 'ਤੇ। ਜਪਾਉਂਦੇ ਵੀ ਸਨ, ਜਪਦੇ ਵੀ ਸਨ, ਲੇਕਿਨ ਅੰਦਰ ਭਰੋਸਾ ਨਹੀਂ ਸੀ, ਪ੍ਰਤੀਤ ਨਹੀਂ ਆਈ ਸੀ ਅਜੇ ਤੱਕ। ਮੱਥੇ ਤਿਲਕ ਹੱਥ ਬਾ ਤਿਲਕ ਹੱਥ ਪਾਣ ਮਾਥੇ ਤਿਲਕ ਹੱਥ ਮਾਲਾ ਬਾਣਾ, ਲੋਗਨ ਰਾਮ ਖਿਲੋਣਾ ਜਾਣਾ। ਉਸਨੇ ਤਾਂ ਰਾਮ ਨੂੰ ਖਿਲੋਣਾ ਜਾਣਿਆ ਹੋਇਆ ਸੀ, ਤਿਲਕ ਵੀ ਲਾ ਲੈਂਦੇ ਸਨ, ਹਾਥੀ 'ਚ ਮਾਲਾ ਵੀ ਪਕੜ ਲੈਂਦੇ ਸਨ, ਨਾਮ ਜਪਦੇ ਸਨ, ਲੇਕਿਨ ਪ੍ਰਤੀਤ ਨਹੀਂ ਸੀ ਆਈ। ਗੁਜਰੀ ਨੂੰ ਕਹਿੰਦੇ ਚਲੋ, ਅੱਜ ਗੁਜਰੀ ਪੰਡਿਤ ਜੀ ਨੂੰ ਲੈ ਕੇ ਚੱਲ ਪਈ ਆਪਣੇ ਘਰ ਵੱਲ, ਅਤੇ ਜਿਸ ਤਰਫ ਘਰ ਜਾਂਦੀ ਅਤੇ ਆਉਂਦੀ ਸੀ ਉੱਧਰ ਨਾ ਜਾ ਕੇ ਨਦੀ ਪਾਰ ਜਿੱਥੇ ਜਿੱਥੋਂ ਕਰਨੀ ਸੀ ਉੱਥੇ ਲੈ ਗਈ। ਉਹ ਪੰਡਿਤ ਜੀ ਕਹਿੰਦੇ ਨੇ ਭਾਈ ਗੁਜਰੀ ਤੇਰਾ ਰਸਤਾ ਤਾਂ ਉਹ ਦੂਸਰਾ ਹੈ, ਅਤੇ ਨਦੀ ਵੱਲ ਪਾਸੇ ਕਿਉਂ ਆ ਗਈ ਹੈ ਤੂੰ? ਕਹਿੰਦੇ ਪੰਡਿਤ ਜੀ ਆਪ ਜੀ ਨੇ ਤਾਂ ਕਿਹਾ ਰਾਮ ਦਾ ਨਾਮ ਲਓ ਅਤੇ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ ਨੇ, ਇਹ ਤਾਂ ਪੰਡਿਤ ਜੀ ਨਦੀ ਹੈ, ਅਤੇ ਮੈਂ ਤਾਂ ਇੱਥੋਂ ਰੋਜ਼ ਹੀ ਆਉਂਦੀ ਜਾਂਦੀ ਹਾਂ। ਅਤੇ ਅੱਜ ਪੰਡਿਤ ਜੀ ਕਹਿਣ ਲੱਗੇ ਗੁਜਰੀ ਚੱਲੀ ਹੋ ਗਈ, ਆਪ ਤਾਂ ਡੁੱਬਸੀ ਮੈਨੂੰ ਨਾਲ ਡੁਬਾਏਗੀ। ਕਹਿੰਦੇ ਮਨ 'ਚ ਗੱਲ ਆਈ ਹੁਣ ਕਿਸ ਤਰ੍ਹਾਂ ਕਰਾਂ? ਕਹਿੰਦੇ ਗੁਜਰੀ ਕੰਮ ਕਰ, ਤੇਰੇ ਘਰ ਦਾ ਰਸਤਾ ਤੈਨੂੰ ਪਤਾ, ਮੈਨੂੰ ਤਾਂ ਪਤਾ ਨਹੀਂ। ਕਿਉਂਕਿ ਉਹ ਆਦਰ ਭਾਵ ਨਾਲ ਉਹ ਕਹਿੰਦੀ ਸੀ ਪੰਡਿਤ ਜੀ ਚਲੋ ਅੱਗੇ ਅੱਗੇ, ਅਤੇ ਤੇਰੇ ਘਰ ਦਾ ਰਸਤਾ ਤੈਨੂੰ ਪਤਾ, ਤੂੰ ਚੱਲ ਮੈਂ ਤੇਰੇ ਪਿੱਛੇ ਪਿੱਛੇ ਆਉਣਾ। ਕਹਿੰਦੀ ਨਹੀਂ ਪੰਡਿਤ ਜੀ, ਆਪ ਜੀ ਵੱਡੇ ਹੋ, ਪੂਜਨੀਏ ਹੋ, ਆਪ ਜੀ ਅੱਗੇ ਚਲੋ, ਮੈਂ ਪਿੱਛੇ ਪਿੱਛੇ ਚੱਲਾਂਗੀ। ਹੁਣ ਉਹਦੇ ਮਨ 'ਚ ਤਾਂ ਡਰ, ਕਹਿੰਦਾ ਮੈਂ ਥੋੜ੍ਹੀ ਕਿਹਾ ਸੀ ਰਾਮ ਦਾ ਨਾਮ ਲੈ ਕੇ ਅਤੇ ਨਦੀ ਪਾਰ ਹੋ ਜਾਈ। ਹੁਣ ਉਹ ਪੰਡਿਤ ਜੀ ਤਾਂ ਅੰਦਰੋਂ ਡਰ ਰਹੇ ਨੇ, ਅਤੇ ਗੁਜਰੀ ਜੀ ਚੱਲਣਾ ਸ਼ੁਰੂ ਕਰ ਦਿੱਤਾ ਨਦੀ ਉੱਤੇ, ਰਾਮ 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 ਕਹਿੰਦੀ ਹੋਈ ਇੱਕ ਇੱਕ ਕਦਮ ਅੱਗੇ ਰੱਖਦੀ ਹੈ ਅਤੇ ਨਦੀ ਪਾਰ ਕਰਦੀ ਜਾਂਦੀ ਹੈ। ਉਹ ਪੰਡਿਤ ਜੀ ਦੇਖ ਰਹੇ ਨੇ ਬਈ ਇਹ ਤਾਂ ਕੈਸਾ ਚੋਜ ਹੈ, ਇਹ ਤਾਂ ਪਾਰ ਹੋ ਜਾ ਰਹੀ ਹੈ ਅਤੇ ਮੈਂ ਤਾਂ ਅੱਜ ਡੁੱਬ ਜਾਣਾ ਲੱਗਦਾ। ਕਹਿੰਦੇ ਚਲੋ ਜੇ ਗੁਜਰੀ ਰਾਮ ਦਾ ਨਾਮ ਲੈ ਕੇ ਪਾਰ ਕਰ ਰਹੀ ਹੈ ਨਦੀ, ਅਤੇ ਮੈਂ ਵੀ ਰਾਮ ਦਾ ਨਾਮ ਲੈ ਕੇ ਪਾਰ ਕਰਨਾ, ਲੇਕਿਨ ਅੰਦਰ ਡਰ ਹੈ, ਅੰਦਰ ਭਰੋਸਾ ਪ੍ਰਤੀਤ ਨਹੀਂ ਅਜੇ ਵੀ। ਜਿਉਂ ਪੈਰ ਨਦੀ 'ਚ ਰੱਖਿਆ ਪੰਡਿਤ ਜੀ ਉੱਥੇ ਡੁੱਬ ਗਏ, ਕਿਉਂਕਿ ਪ੍ਰਤੀਤ ਨਹੀਂ ਸੀ ਨਾ, ਭਰੋਸਾ ਨਹੀਂ ਸੀ। ਲੋਕਾਂ ਨੂੰ ਨਾਮ ਜਪਵਾਉਂਦੇ ਸਨ। ਜਦੋਂ ਗੁਜਰੀ ਜੀ ਨੇ ਪਿੱਛੇ ਮੁੜ ਕੇ ਦੇਖਿਆ ਪੰਡਿਤ ਜੀ ਪਹੁੰਚੇ ਨਹੀਂ, ਦੇਖਿਆ ਪੰਡਿਤ ਜੀ ਤਾਂ ਪਾਣੀ ਡੁੱਬ ਕੇ ਬੜੇ ਹੀ ਔਖੇ ਕਿਨਾਰੇ 'ਤੇ ਲੱਗ ਕੇ ਅਤੇ ਆਏ, ਅਤੇ ਉਸ ਵੇਲੇ ਗੁਜਰੀ ਨੇ ਪੰਡਿਤ ਜੀ ਨੂੰ ਕਿਹਾ ਪੰਡਿਤ ਜੀ ਆਪ ਜੀ ਨੇ ਤਾਂ ਕਿਹਾ ਸੀ ਨਾ ਸੰਸਾਰ ਸਾਗਰ ਤੋਂ ਪਾਰ ਹੋਈਦਾ, ਅਤੇ ਆਪ ਜੀ ਤਾਂ ਇਤਨੇ ਲੋਕਾਂ ਨੂੰ ਨਾਮ ਜਪਵਾਉਂਦੇ ਹੋ ਅਤੇ ਭਰੋਸਾ ਕਰਕੇ ਜਾਵਾਂਗੇ, ਅਤੇ ਉਹ ਤਾਂ ਨਦੀ ਹੈ ਨਾ ਸਾਗਰ ਵੀ ਪਾਰ ਕਰਾਉਂਦਾ, ਇਹ ਤਾਂ ਆਪ ਜੀ ਨੇ ਕਿਹਾ ਸੀ। ਉਸ ਵੇਲੇ ਪੰਡਿਤ ਜੀ ਨੂੰ ਪ੍ਰਤੀਤ ਆਈ ਕਿ ਅੱਜ ਤੱਕ ਜਿਤਨੀ ਮੈਂ ਸੇਵਾ ਕੀਤੀ ਮੰਦਿਰ 'ਚ, ਜਿਤਨੀ ਮੈਂ ਕਥਾ ਕੀਤੀ,
ਉਹ ਸਭ ਬੇਕਾਰ ਹੈ ਜੇ ਮੈਨੂੰ ਭਰੋਸਾ ਹੀ ਨਹੀਂ ਆਇਆ। ਅਤੇ ਸਤਿਗੁਰੂ ਜੀ ਬਾਣੀ 'ਚ ਕਹਿ ਰਹੇ ਨੇ ਰਾਮ ਜਨਾ ਕੋ ਰਾਮ ਭਰੋਸਾ, ਜੇ ਅਸੀਂ ਭਰੋਸਾ ਨਹੀਂ ਕਰਾਂਗੇ, ਰਾਮ ਰਾਮ ਕਰਦੇ ਰਹਾਂਗੇ ਤਾਂ ਸਾਡਾ ਪਾਰ ਉਤਾਰਾ ਨਹੀਂ ਹੋਣਾ ਉਸ ਵੇਲੇ। ਅਤੇ ਸਤਿਗੁਰੂ ਜੀ ਨੇ ਬਾਣੀ 'ਚ ਵੀ ਸਾਨੂੰ ਇਹ ਦੱਸ ਕੇ, ਕਿਉਂਕਿ ਗੁਜਰੀ ਨੂੰ ਤਾਂ ਪੂਰਾ ਭਰੋਸਾ ਹੋ ਗਿਆ ਸੀ, ਜਦੋਂ ਅਸੀਂ ਆਉਂਦੇ ਹਾਂ ਸਤਿਗੁਰਾਂ ਕੋਲ ਅਤੇ ਸਤਿਗੁਰੂ ਜੀ ਕੋਲੋਂ ਬਚਨ ਲੈ ਕੇ ਜਾਈਏ ਅਤੇ ਉਸ ਬਚਨ 'ਤੇ ਭਰੋਸਾ ਨਾ ਕਰੀਏ ਤਾਂ ਉਹ ਗੱਲ ਪੂਰੀ ਨਹੀਂ ਹੁੰਦੀ। ਫਿਰ ਆਪ ਜੀ ਨੇ ਬਹੁਤ ਸਾਖੀਆਂ ਸੁਣੀਆਂ ਹਨ, ਪੋਥੀ ਸਾਹਿਬ ਵਿੱਚ ਆਈਆਂ ਹਨ, ਕਿਸ ਤਰ੍ਹਾਂ ਵੱਡੇ ਵੱਡੇ ਗੁਰਸਿੱਖ, ਕਿਉਂਕਿ ਜਦੋਂ ਭਰੋਸਾ ਕਰਕੇ ਅਸੀਂ ਉਹ ਕੰਮ ਕਰਨੇ ਹਾਂ ਅਤੇ ਉਹਨਾਂ ਦਾ ਨਾਂ ਹੀ ਫਿਰ ਪੋਥੀ ਵਿੱਚ ਆਉਂਦਾ ਹੈ ਜਿਨ੍ਹਾਂ ਨੇ ਭਰੋਸੇ ਕਰਕੇ ਸਤਿਗੁਰਾਂ ਨੂੰ ਆਪਣਾ ਬਣਾਇਆ। ਅਤੇ ਬਾਣੀ 'ਚ ਵੀ ਇਹੀ ਕਹਿ ਰਹੇ ਨੇ ਜਿਸ ਤਰ੍ਹਾਂ ਉਸ ਗੁਜਰੀ ਨੇ ਭਰੋਸਾ ਕੀਤਾ, ਨਦੀ ਤੋਂ ਪਾਰ ਹੋ ਗਈ ਅਤੇ ਉਹ ਪੰਡਿਤ ਜੀ ਜਿਨ੍ਹਾਂ ਨੇ ਸਾਰੇ ਟਾਈਮ ਨਾਮ 'ਤੇ ਜਪਿਆ ਜਪਵਾਇਆ ਵੀ ਲੇਕਿਨ ਭਰੋਸਾ ਨਹੀਂ ਕੀਤਾ ਅਤੇ ਉਹ ਉੱਥੇ ਦੇ ਉੱਥੇ ਹੀ ਰਹੇ। ਅਤੇ ਬਾਣੀ ਵੀ ਕੀ ਕਹਿ ਰਹੀ ਹੈ, ਰਾਮ ਜਨਾ ਕੋ ਰਾਮ ਪਰੋਸਾ, 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 ਜਪਤ ਸਭ ਮਿਟਿਓ ਅੰਦੇਸਾ, ਨਾਮ ਜਪਤ ਸਭ ਮਿਟਿਓ ਅੰਦੇਸਾ, ਰਾਮ ਜਨਾ ਕੋ ਰਾਮ ਪਰੋਸਾ, ਸਿਮਰਤ ਸਵਾਮੀ ਕਿਲਵਿਕ ਨਾਸੇ, ਸਿਮਰਤ ਸਵਾਮੀ ਕਿਲਵਿਕ ਨਾਸੇ, ਸਿਮਰਤ ਸਵਾਮੀ ਕਿਲਵਿਕ ਨਾਸੇ, ਆਨੰਦ ਨਿਵਾਸੇ, ਸੁਖ ਸਹਿਜ ਆਨੰਦ ਨਿਵਾਸੇ, ਸੁਖ ਸਹਿਜ ਆਨੰਦ ਨਿਵਾਸੇ, ਸੁਖ ਸਹਿਜ ਆਨੰਦ ਨਿਵਾਸੇ, ਰਾਮ ਜਨਾ ਰਾਮ ਪਰੋਸਾ, ਰਾਮ ਜਨਾ ਕੋ ਰਾਮ ਪਰੋਸਾ, ਰਾਮ ਜਨਾ ਕੋ ਰਾਮ ਪਰੋਸਾ, ਰਾਮ ਜਨਾ ਪ੍ਰਤੀਤ, ਕਹੋ ਨਾਨਕ ਮਨ ਪ੍ਰਤੀਤ, ਕਹੋ ਨਾਨਕ ਮਨ ਪ੍ਰਤੀਤ, ਕਹੋ ਨਾਨਕ ਮਨ ਪ੍ਰਤੀਤ,
सच्चे पिता जीओ, सच्चे पातशाह जीओ, साहिब संत माता जी, आप जी ने कृपा करनी। चलिया भी शुरू होने लगा है, कुछ समय रह गया, तो आप जी ने बख्शिश मेहर कृपा करनी। आ सरबत संतां इकत्र होइया ने एतवार का दिन जान के चोली अट के यही अरदास मंगांगे, यही कृपा मंगांगे सतगुरु जीओ, साड़ी चोली च भी वो नाम दी बख्शिश अमृत वेला बख्श के, सेवा बख्श के। आप जी ने अपना नाम आप जपवाना, यह कृपा आप जी ने ही करनी है सतगुरु जी, असी कुछ नहीं कर सकते। असी जरूर हाथ विच माला लेके बैठ जाने हैं, लेकिन जपवाना आप जी ने ही है, तो साड़ा भरोसा भी आप जी ने ही पक्का करना। शब्द बाणी यही कह रही है ना, तो आप जी ने कृपा करनी। सरबत संतां अरदास बेनती आप जी दी हाथ जोड़ के कर रहे हैं आप जी अगे, आप जी ने कृपा करनी। जड़ा समा आ रहा है, वत लगी सच्चे नाम की, जो बीजे सो खाए। जो आप जी जिस तरह सानू राह पाओगे सतगुरु जी, आप जी ने आप चलाना है। वो बिरथी जड़ी गुजरी दी एक बारी सुन के नाम इतना भरोसा होया, तो नदी भी पार कर लेती। असी तो बहुत समय दे आप जी दे लड़ लगे हुए हैं पातशाह जी, जितना समय आप जी ने लगाया है, सानू नहीं पता असी किस से असी किस तरह खरे उतरांगे, पर आप जी कृपा करोगे तो सानू भी उस तरह बनाओगे, साड़ा भी भरोसा पक्का होएगा। ये कृपा आप जी ने करनी। तन तन सतगुरु सेवा राम साहेब आप जी दी सदा ही जय। तन तन साहेब संत माता जी आप जी नू कोटि कोटि नमस्कार।